ਸਥਾਨਕ ਹੋਟਲ ਵਿੱਚ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਾਬਕਾ ਭਾਜਪਾ ਕੌਂਸਲਰ ਰਮਾ ਮਹਾਜਨ ਨੇ ਕਿਹਾ ਕਿ ਸਾਡੇ ਦੇਸ਼ ਦੀ ਆਬਾਦੀ ਦਿਨੋ ਦਿਨ ਵੱਧਦੀ ਜਾ ਰਹੀ ਹੈ, ਜੋ ਕਿ ਚਿੰਤਾ ਦਾ ਵਿਸ਼ੇ ਹੈ। ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਅਸੀਂ ਦੇਸ਼ ਦੀ ਵੱਧ ਰਹੀ ਆਬਾਦੀ ਬਾਰੇ ਕਾਨੂੰਨ ਬਣਾਉਣ ਲਈ 70 ਦਿਨਾਂ ਦੀ ਇੱਕ ਰੱਥ ਯਾਤਰਾ ਕੱਢਣ ਜਾ ਰਹੇ ਹਾਂ, ਜਿਹੜੀ ਕਿ ਜੰਮੂ ਕਸ਼ਮੀਰ ਤੋਂ 18 ਫਰਵਰੀ ਨੂੰ ਸ਼ੁਰੂ ਹੋਵੇਗੀ ਅਤੇ ਕੰਨਿਆ ਕੁਮਾਰੀ ਤੋਂ ਹੁੰਦੀ ਹੋਈ ਵਾਪਸ ਦਿੱਲੀ ਆਵੇਗੀ, ਜਿਸ ਦਾ ਮਕਸਦ ਲੋਕਾਂ ਨੂੰ ਜਾਗਰੂਕ ਕਰਨਾ ਹੋਵੇਗਾ। ਮੈਂ ਰਮਾ ਮਹਾਜਨ, ਪੂਰਵ ਕੌਂਸਲਰ। ਅਸੀਂ ਇੱਥੇ ਇੱਕ ਜਨਸੰਖਿਆ ਨਿਯੰਤਰਣ ਕਾਨੂੰਨ ਬਣਾਉਣ ਵਾਸਤੇ ਇੱਕ ਰੱਥ ਯਾਤਰਾ ਕੱਢ ਰਹੇ ਹਾਂ, ਜਿਹੜੀ ਜੰਮੂ ਕਸ਼ਮੀਰ ਤੋਂ ਸ਼ੁਰੂ ਹੋਏਗੀ ਔਰ ਕੰਨਿਆ ਕੁਮਾਰੀ ਤੱਕ ਰਹੇਗੀ, ਕੰਨਿਆ ਕੁਮਾਰੀ ਤੋਂ ਵਾਪਸ ਫਿਰ ਦਿੱਲੀ ਆਏਗੀ। ਇਹ 70 ਦਿਨ ਦੀ ਯਾਤਰਾ ਹੈਗੀ ਹੈ। ਉਹਦਾ ਪਹਿਲਾ ਜਿਹੜਾ ਪੜਾਵ ਹੈ ਉਹ ਅੰਮ੍ਰਿਤਸਰ ਹੈਗਾ। ਅੰਮ੍ਰਿਤਸਰ ਇੱਥੇ ਉਹਨਾਂ ਨੂੰ 400 ਲੋਕਾਂ ਨੇ ਆਉਣਾ ਹੈ, 100 ਕਾਰਾਂ ਦਾ ਕਾਫਿਲਾ ਹੋਏਗਾ। ਉਹਨਾਂ ਦੇ ਇੱਥੇ ਰਹਿਣ ਦਾ, ਉਹਨਾਂ ਦੇ ਖਾਣ ਪੀਣ ਦਾ ਸਾਰਾ ਪ੍ਰਬੰਧ ਕੀਤਾ ਗਿਆ। ਇੱਕ ਜਨਸਭਾ ਰੱਖੀ ਗਈ ਹੈ ਦੁਰਗਿਆਨਾ ਮੰਦਿਰ ਦੇ ਕੋਲ। ਇਹਦਾ ਮਕਸਦ ਹੈਗਾ ਲੋਕਾਂ ਨੂੰ ਜਾਗਰਿਤ ਕਰਾਉਣਾ, ਕਿ ਲੋਕ ਜਾਗਰਿਤ ਹੋਣ ਅਤੇ ਆਪਣੇ ਆਪ 'ਚ ਸੋਚਣ ਕਿ ਜਿਹੜਾ ਸੰਤੁਲਨ ਜਨਸੰਖਿਆ ਦਾ ਵਿਗੜ ਰਿਹਾ ਉਹ ਅਸੀਂ ਕਿਸ ਤਰ੍ਹਾਂ ਠੀਕ ਕਰ ਸਕਦੇ ਹਾਂ, ਔਰ ਸਾਰੀ ਡਿਵੈਲਪਮੈਂਟ ਅਤੇ ਜੇ ਸਾਰੀ ਯੋਜਨਾ ਸਾਡੇ ਤੱਕ ਪਹੁੰਚਣ, ਇਹਦੇ ਵਾਸਤੇ ਇੱਕ ਪ੍ਰਯਾਸ ਹੋਵੇਗਾ। ਇਹਦਾ ਨਾਰਾ ਹੈਗਾ ਹਮ ਦੋ ਹਮਾਰੇ ਦੋ ਤੋ ਸਭਕੇ ਦੋ, ਅਤੇ ਉਹਨਾਂ ਦਾ ਅਸੀਂ ਸਰਕਾਰ 'ਤੇ ਦਬਾਅ ਬਣਾਉਣਾਗੇ ਕਿ ਉਹਨਾਂ ਕੇ ਅਗਰ ਦੋ ਤੋਂ ਜ਼ਿਆਦਾ ਬੱਚੇ ਨੇ ਉਹਨਾਂ ਨੂੰ ਜਿਹੜੀ ਫੈਸਿਲਿਟੀ ਦਿੱਤੀ ਜਾ ਰਹੀ ਹੈ ਉਹ ਨਾ ਲੈਣਗੇ ਅਤੇ ਆਪਣੇ ਆਪ ਸਾਰਾ ਠੀਕ ਹੋ ਜਾਏਗਾ।